ਬਸ ਮੈਂ ਵੀ ਇਹੀ ਕਹਿਣਾ ਚਾਹੁੰਦੀ ਵੀ ਜਿੰਨੇ ਵੀ ਤੁਸੀਂ ਸੁਖਦੀਪ ਨੂੰ ਪਿਆਰ ਕਰਨ ਵਾਲੇ ਇੱਕ ਸਿੱਧੂ ਦੇ ਜਸਟ ਸਾਹਿਬ ਸਿੱਧੂ ਮੂਸੇਵਾਲਾ ਐਡੇ ਐਡੇ ਸਟਿੱਕਰ ਬਣਾ ਕੇ ਹਰੇਕ ਭੈਣ ਭਰਾ ਜਿੱਥੋਂ ਤੱਕ ਤੁਹਾਡੀ ਪਹੁੰਚੂਗੀ ਉਸ ਤੱਕ ਲਾਇਓ ਕਿਉਂਕਿ ਜਿੱਥੇ ਵੀ ਇਹ ਤਿੰਨੇ ਪਾਰਟੀਆਂ ਚਾਰੇ ਪਹੁੰਚਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੀ ਮੰਗ ਰਹੇ ਅਸੀਂ ਕਿਸੇ ਪਾਰਟੀ ਨੂੰ ਚੰਗਾ ਨਹੀਂ ਕਹਿੰਦੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਉਹ ਤਾਂ ਹੋਰ ਨਾ ਕਰਨਾ ਜੇ ਵਾਲੇ ਬੰਦਾ ਕਰਨ ਤੋਂ ਦੋ ਪਹਿਲਾਂ ਬੋਲਣ ਦੀ ਲੋੜ ਵੀ ਨਹੀਂ ਅਗਲਾ ਆਪ ਹੀ ਕਹਿੰਦਾ ਵੀ ਹਾਂ ਇਹਨਾਂ ਨੇ ਵਧੀਆ ਕੰਮ ਕੀਤਾ ਆਪਾਂ ਇਹਨਾਂ ਨੂੰ ਵੋਟ ਪਾਵਾਂਗੇ ਆਪਾਂ ਨੂੰ ਵੱਡਾ ਰੌਲਾ ਪਾਉਣ ਦੀ ਲੋੜ ਨਹੀਂ ਆਪਾਂ ਤਾਂ ਆਪਾਂ ਇਹ ਵੀ ਅਸੀਂ ਆਹ ਕਰਤਾ ਜੀ ਅਸੀਂ ਆਹ ਕਰਤਾ ਜੇ ਹੈਗੇ ਲੋਕ ਸਾਰੇ ਸਾਇੰਸ ਸਾਰਿਆਂ ਨੂੰ ਪਤਾ ਵੀ ਕੀ ਕੁਛ ਹੋਇਆ ਹੁਣ ਸਾਡਾ ਤਾਂ ਘਰ ਪੱਕਾ ਸਾਨੂੰ ਪਤਾ ਜਾਂ ਜਿਹਦੇ ਘਰ ਤੇ ਮੈਨੂੰ ਉਹਨਾਂ ਨੂੰ ਪਤਾ ਜਾਂ ਜਿਹਦੇ ਜਵਾਕ ਅੱਜ NSA ਲਾ ਲਾ ਕੇ ਜੇਲ੍ਹਾਂ 'ਚ ਭੇਜ ਕੇ ਜਾਂ ਉਹਨਾਂ ਨੂੰ ਦੂਜਾ ਪਿਆਰਾ ਦੋ ਰੱਖ ਵਾਲਾ ਸੁਣਦਾ ਨਹੀਂ ਜੇ ਭੁੱਲ ਜਾਂਦੇ ਪਰ ਸਾਡੇ ਤਾਂ ਇਹ ਜਿੰਨਾ ਚਿਰ ਅਸੀਂ ਰਹਾਂਗੇ ਸਾਡੇ ਤਾਂ ਉਹਨਾਂ ਚਾਹੀਏ ਭੁੱਲਣੀਆਂ ਨਹੀਂ ਜਿਹੜੀਆਂ ਗੱਲਾਂ ਬਾਕੀ ਜਿਹੜੀ ਆ ਬੇ ਅਲਗੀ ਹੋਈ ਆ ਪਰਸੋਂ ਜੋ ਫਿਰ ਸਹੀ ਆ ਉਹਨੇ ਕਿੱਡਾ ਕਿਤਨਾ 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 ਕੰਮ ਕੀਤਾ ਹੈ ਨਾ ਦੇਖ ਕੇ ਐਂ ਲੱਗਦਾ ਕਿ ਇਹਨੂੰ ਮਾਰ ਦੇਣਾ ਚਾਹੀਦਾ ਸੀ ਉਹ ਤੇ ਇੰਨੇ ਸੇ ਕਿਉਂ ਨਹੀਂ ਲਈ ਇਹਨਾਂ ਨੇ ਉਹ ਜਿਹੜਾ ਮੰਤਰੀ ਹੈ ਬਾਜੇ ਦੇ ਵਾਜੇ ਲੋਕਾਂ ਹੋਰ ਵੀ ਨਹੀਂ ਕਿਸੇ ਦੀ ਗੱਲ ਕਰਦੇ ਉਹ ਇੱਕ ਆਮ ਇਨਸਾਨ ਸੀ ਖੇਤਾਂ 'ਚ ਕੰਮ ਕਰਨ ਵਾਲਾ ਹੁੰਦਾ ਸੀ ਉਹਨਾਂ ਤੇ ਦਰਮਾ ਇਸੇ ਲੱਗਦੇ ਇਹ ਤੇ ਕਿਉਂ ਲੈ ਕਿਉਂ ਨਹੀਂ ਰੌਲਾ ਪਾਉਂਦੇ ਆਪਾਂ ਨਾ ਵੀ ਇਹ ਤੇ ਲਾਉਣ ਲੱਗੇ ਸੀ ਜਾਂ ਉਹ ਵੀ ਬੋਲਿਆ ਤੋਂ ਵੱਧ ਨਹੀਂ ਚਾਹੀਦੀ ਸੀ ਜਿਹੜੇ ਸਾਡੇ ਕੋਲ ਸਾਥੀ ਹੁੰਦਾ ਹੈ ਕਿੰਨਾ ਬੇਰਹਿਮੀ ਨਾਲ ਉਹਨਾਂ ਦਾ ਕਤਲ ਕੀਤਾ ਹੈ ਕਿੰਨਾ ਹੀ ਪੱਕਾ ਉਤਾਰ ਨਹੀਂ ਚੈਨਲ ਨਾਲ ਬਾਤ ਕਰਦੇ ਨੇ ਕਿੱਥੇ ਕਿੱਥੇ ਰਹਿਣਗੇ ਹੁਣ ਕੌਣ ਪਾ ਰਹੇ ਨੇ ਸਾਨੂੰ ਕੋਈ ਪਾਰਟੀ ਨਾਲ ਕਿਸੇ ਨਾਲ ਕੋਈ ਮਤਲਬ ਨਹੀਂ ਸਭ ਆਪੋ ਆਪਣੇ ਰਾਹ ਸਾਫ ਕੀਤੇ ਨੇ ਸਾਡੇ ਬੱਚੇ ਨੇ ਵੀ ਜਦੋਂ ਮਾਨਸਾ ਤੋਂ ਉੱਠਿਆ ਸਾਡੇ ਕਾਲਜ ਨੇ ਉਹ ਤਾਂ ਪੂਰੀ ਕੀਤਾ ਸੀ ਰਾਹ ਸਾਫ ਕਰਨ ਦੇ ਵਾਲੇ ਨੇ ਵੀ ਜੋ ਸ਼ੁਭਦੀ ਪਾ ਰਹੇ ਤੇ ਤਾਂ ਸਾਨੂੰ ਉੱਥੇ ਲੋਈ ਲੱਗਣ ਨਾਲ ਸਾਨੂੰ ਪਤਾ ਹੈ ਅਸੀਂ ਸਾਰਾ ਕੁਝ ਜਾਣਦੇ ਹਾਂ ਪਰ ਇਹ ਜਦੋਂ ਸਾਨੂੰ ਬੋਲਣ ਨੂੰ ਮਜਬੂਰ ਕਰ ਦਿੰਦੇ ਨੇ ਨਾ ਵਿੱਚੋਂ ਲੋਕ ਜਿਹਦਾ ਕਾਂਗਰਸ ਪਾਰਟੀ ਨੂੰ ਮਜਬੂਤ ਕਰਦੇ ਨੇ ਸਲਾਮੇ ਨੂੰ ਮਜਬੂਤ ਕਰਦੇ ਲੋਕ ਸਾਨੂੰ ਦੁੱਖ ਲੱਗਦਾ ਅਸੀਂ ਇਨਸਾਫ ਤਾਂ ਮੰਗ ਹੀ ਸਕਦੇ ਹਾਂ ਜਦੋਂ ਸਾਡੇ ਪਿੰਡ ਤੇ ਸਾਡੇ ਆਪਦੇ ਘਰ ਚ ਕੋਈ ਗੱਲਬਾਤ ਹੁੰਦੀ ਆ ਆਪਾਂ ਕਿਹਦੇ ਕੋਲ ਜਾਂਦੇ ਆ ਪਹਿਲਾਂ ਮੌਜੂਦਾ ਸਰਪੰਚ ਕੋਲ ਜਾਂਦੇ ਆ ਸਾਬਕਾ ਕੋਲ ਵੀ ਨਹੀਂ ਜਾਂਦੇ ਆ ਅਸੀਂ ਤਾਂ ਫਿਰ ਪਹਿਲਾਂ ਉੱਥੇ ਵੀ ਗਏ ਸੈਂਟਰ ਦੀ ਸਰਕਾਰ ਕੋਲ ਵੀ ਗਏ ਫਿਰ ਉਹਨਾਂ ਭਗਵਾਨ ਜੀ ਕੋਲ ਵੀ ਗਏ ਸਾਡੀ ਤਾਂ ਕਿਸੇ ਨੇ ਵੀ ਨਹੀਂ ਸੁਣੀ ਇਨਸਾਫ ਦੱਸੋ ਕਿ ਕਿਹੜੇ ਤਰੀਕੇ ਨਾਲ ਹੋਈ ਹੋ ਜੇ ਅਸੀਂ ਕੁਛ ਬੋਲਦੇ ਹਾਂ ਤਾਂ ਤੁਸੀਂ ਜੀ ਸੋਮੇ ਭਾਰਾ ਸਾਰੀ ਬਣੀਆਂ ਉਠਾਉਣ ਵਾਲੀ ਆ ਉਹਨੇ ਅਸੀਂ ਤਾਂ ਉਹਨੇ ਖਾ ਲਿਆ ਅਸੀਂ ਤਾਂ ਆਪ ਇਸ ਗੱਲ ਨੂੰ ਕਹਿੰਦੇ ਕਿ ਕਿਸੇ ਦਾ ਕਿਤੇ ਕੋਈ ਕਸੂਰ ਹੈ ਤੇ ਪਰ ਸ਼ੋਭੀ ਦਾ ਨਾਮ ਨਾ ਵਰਤਿਆ ਗਿਆ ਹੁਣ ਸਾਨੂੰ ਨਹੀਂ ਪਤਾ ਉਹਦੇ ਵਿੱਚ ਕੀ ਸੰਬੰਧ ਨਹੀਂ ਕੀ ਨਾ ਉਹਦੇ ਸ਼ੋਭੀ ਦਾ ਨਾਮ ਇਹ ਸਾਡਾ ਕੀ ਕਸੂਰ ਹੈ ਤੁਸੀਂ ਤਾਂ ਸਾਰੀ ਦੁਨੀਆ ਨੂੰ ਫਾਂਸੀ ਲਵਾਉਣ ਨੂੰ ਕਹਿੰਦੇ ਹੋ ਉਹਨਾਂ ਕੋਲ ਕਿਸੇ ਨੂੰ ਕਹਿੰਦੇ ਉਹ ਤਾਂ ਕੋਈ ਨਹੀਂ ਬੈਠੂ ਉਹ ਕੱਲ ਪਰ ਬੈਠੂ ਦੀ ਕਿਰਪਾ ਨਾਲ ਅਸੀਂ ਸਾਰਾ ਕੁਝ ਮੂਰੇ ਆ ਜਾਊਗਾ ਕੋਈ ਗੱਲ ਨਹੀਂ ਸਾਡੇ ਜਵਾਨ ਨੂੰ ਵੀ ਕੱਲ ਜੋੜਿਆ ਸੀ ਕਿਸੇ ਸ਼ਰਨਾ ਇਹਦਾ ਮੇਜਰ ਹੈ ਤਾਂ ਕਰਕੇ ਮਾਰਦਾ ਤੁਸੀਂ ਸਾਰਿਆਂ ਨੂੰ ਸੁਣਿਆ ਹੋਊਗਾ ਇਹ ਬੋਡੀ ਗਾਰਡ ਹੋ ਰਿਹਾ ਵੀ ਸ਼ਰਨਾ ਨੂੰ ਸਾਡਾ ਸਾਊਥ ਦਾ ਕਰ ਦੋ ਵੀ ਪਹਿਲਾਂ ਸਾਡਾ ਮੇਜਰ ਕੀਤੇ ਸੀ ਤੁਸੀਂ ਸੁਣ ਲਿਆ ਕਿਸੇ ਦੇ ਕਹੇ ਕਹਾ ਤੁਸੀਂ ਸਾਡੇ ਜਵਾਨ ਨੂੰ ਮਾਰਦਾ ਸਾਡਾ ਸਾਡਾ ਕਲੀਅਰ ਕਰਨਾ ਕੋਈ ਫਰਜ਼ ਨਹੀਂ ਹੁੰਦਾ ਹੁੰਦਾ ਆਪਾਂ ਗੱਲਬਾਤ ਹੁੰਦੀ ਆ ਉਹਨਾਂ ਦਾ ਕੋਈ ਆਉਂਦਾ ਤਾਂ ਫਿਰ ਕਹਿੰਦੇ ਸਿੱਧੂ ਮੂਸੇਵਾਲਾ ਨਾਲ ਬੋਲੂਗੀ ਮੈਂ ਪੱਤਰਕਾਰ ਵੀ ਕਹਿੰਦੀ ਕਹੂੰਗੀ ਤੁਸੀਂ ਜੋ ਜਿਹਾ ਜਿਹਾ ਕੁਛ ਹੁੰਦਾ ਉਹਦਾ ਸਪਸ਼ਟੀਕਰਨ ਕਰੋ ਤੇ ਪਰ ਸੁਧੀਪ ਦਾ ਨਾਮ ਹੋਊਗੀ ਉਹਦੇ ਕਾਪੀ ਆ ਜਾਣਗੇ ਕੋਈ ਗੱਲ ਸਾਰੀਆਂ ਪਾਰਟੀਆਂ ਜਾ ਕੇ ਦੇਖਣ ਕਿ ਹਾਂ ਅਸੀਂ ਕੀ ਕੀਤਾ ਹੁਣ ਭਗਵੰਤ ਮਾਨ ਨੂੰ ਅਸੀਂ ਤਾਂ ਕਹਿੰਦੇ ਹਾਂ ਕਿਉਂਕਿ ਮੌਜੂਦਾ ਵਕਤ ਲਈ ਹੁਣ ਤਾਂ ਕਿਸੇ ਦੀ ਜਲਦੀ ਹੋਈ ਚੱਲਣੀ ਨਹੀਂ ਦਿੰਦੇ ਰੌਲਾ ਪਾ ਕੇ ਬਿਠਾ ਦਿੰਦੇ ਨੇ ਜਾਂ ਪਰਚੇ ਪਾ ਦਿੰਦੇ ਨੇ ਕਦੇ ਕਿਸੇ ਦੀ ਕੋਸ਼ਿਸ਼ ਕਰਦੇ ਹਰੇਕ ਹੱਥ ਕੰਡਾ ਬਣਾ ਰਹੇ ਨੇ ਜੇ ਕੋਈ ਸੱਚ ਬੋਲਦਾ ਤਾਂ ਉਹਨੂੰ ਬੋਲਣ ਨਹੀਂ ਦਿੰਦੇ ਬਸ ਮੈਂ ਤਾਂ ਇਹੀ ਕਹੂੰਗੀ ਜੇ ਤੁਸੀਂ ਸ਼ੁਭ ਨੂੰ ਪਿਆਰ ਕਰਦੇ ਹੋ ਤਾਂ ਉਹਦੇ ਸਪੀਕਰ ਬਣਾ ਕੇ ਤੇ ਉੱਥੇ ਜ਼ਰੂਰ ਜਲੰਧਰ ਸਾਰੇ ਲਾਓ ਜੇ ਸਾਥੋਂ ਪਹੁੰਚ ਰਿਹਾ ਤਾਂ ਅਸੀਂ ਵੀ ਜ਼ਰੂਰ
ਪਹੁੰਚਾਂਗੇ ਤਾਂ ਜੋ ਜਿਹੜੀਆਂ ਪਾਰਟੀਆਂ ਸਾਡੇ ਕੋਲ ਬੋਰਡ ਨੂੰ ਬਣਾਇਆ ਕਰਨਗੇ ਪਹਿਲਾਂ ਸ਼ੁੱਧੀ ਨੂੰ ਦੇਖ ਲਿਆ ਕਰਦੇ ਹਾਂ। ਹਾਂ ਤੇ ਮੋਬਾਈਲ ਤੇ ਡੀਪੀ ਜੋ ਦੇ ਸਾਰਿਆਂ ਦੇ ਲੱਗੀ ਹੋਈ ਸੀ ਜਿਹੜੇ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਕੌਣ ਸ਼ੁੱਧੀ ਨੂੰ ਪਿਆਰ ਕਰਦਾ। ਜਿਸ ਤਰ੍ਹਾਂ ਪਤਾ ਤੁਸੀਂ ਆਪ ਹੀ ਜਵਾਬ ਦੇ ਦੇਣਾ ਬੋਲਣ ਵਾਲੇ ਨੂੰ ਜਿਹੜੇ ਕੋਈ ਮਾੜਾ ਮੋਟਾ ਬੋਲਦੇ ਤੁਸੀਂ ਬਹੁਤ ਮੈਨੂੰ ਸੰਤੁਸ਼ਟੀ ਮਿਲਦੀ ਹੈ ਤੇ ਬਾਕੀ ਕਹਿੰਦੇ ਸੀਗੇ ਵੀ ਸ਼ੁੱਧੀ ਪ੍ਰੀਤੀ ਦੇ ਉਹ ਆਪਣੇ ਕ੍ਰਿਕਟ ਵਾਲੇ ਮੁੰਡੇ ਕੱਲ ਸ਼ਕਰਤਾ ਹੋਣ ਕਰਕੇ ਜਿੰਨਾ ਕੁ ਜਿਹੜਾ ਨੂੰ ਪੱਗਦਾ ਨਹੀਂ ਪਤਾ ਸੀ ਉਹਨਾਂ ਨੇ ਪੱਗ ਵਾਲੇ ਤੂੰ ਕਬੂਤ ਦਿੱਤਾ ਕਾਪੀ ਮਾਰਤੀ ਮੇਰੇ ਮਨ ਬਹੁਤ ਸ਼ਾਂਤੀ ਮਿਲਦੀ ਹੈ। ਮੈਂ ਗੁਰੂ ਦੀ ਅਰਦਾਸ ਕਰਦੀ ਹਾਂ ਵੀ ਜਵਾਨਾਂ ਦੀਆਂ ਤਰੱਕੀਆਂ ਕਰਦੇ ਰਹਿਣ ਇਹਨਾਂ ਨੂੰ ਪਰਮਾਤਮਾ ਉਹਨਾਂ ਨੂੰ ਬਚਾ ਕੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।